ਕਰਦੇ ਆਈ ਆਖੇ ਨੂੰ ਬਾਰਿਸ਼ ਸਵੇਰੇ ਚੜ ਪਏ ਵੇ ਟੁੰਗੇ ਟੁੰਗੇ ਕਣਕਾਂ ਆਵਾਜ਼ਾਂ ਮਾਰਨੀਆਂ ਪਈਆਂ ਬੇਸ਼ੱਕ ਬਾਰਿਸ਼ ਨਾ ਹੋਵੇ ਤਾਂ ਬੜਾ ਹੱਥ ਲੱਗ ਗਿਆ ਯਾਰ ਪਰ ਬਾਰਿਸ਼ ਦਾ ਪ੍ਰੋਗਰਾਮ ਇਸ ਵਜ੍ਹਾ ਨਾਲ ਮੁਸ਼ਕਿਲ ਹੀ ਲੱਗਣਾ ਕਵੀਆਂ ਬੋਲੀਆਂ ਵੀ ਆ ਸੁਬਹਾ ਸੁਬਹਾ ਬ੍ਰੇਕਫਾਸਟ ਤਿਆਰ ਹੀ ਗਿਆ ਯਾਨੀ ਨਾਸ਼ਤਾ ਚਾਏ ਪਰਾਠਾ ਵਿਦ ਘਿਓ ਅੰਡਾ ਅਤੇ ਚਾਰ ਇਸਨੇ ਇੱਕ ਨਵਾਂ ਚਾਰ ਹੈ ਕਰੇਲਿਆਂ ਦਾ ਇਹ ਨਿੰਬੂ ਹੈ ਅਤੇ ਦੋ ਮਿਰਚਾਂ ਖਾਣੇ ਹੋ ਤਾਂ ਅੱਛੋ ਨਹੀਂ ਤਾਂ ਮੈਂ ਖਾਣ ਲਾ ਨਿੰਬੂ ਵੱਲ ਕਿਹੜੀ ਜਾ ਕੁੱਤੀ ਹੈ ਤੁਹਾਡੀ ਰੋਟੀ ਕੋਈ ਖਾਣੀ ਜੀ ਇੱਕ ਰੋਟੀ ਬਸ ਉਹ ਵੀ ਕੋਈ ਪੂਰੀ ਖਾਣੀ ਪਤਾ ਨਹੀਂ ਕਿਆ ਹੋ ਗਿਆ ਮਤਲਬ ਅੱਜ ਕਲਾਉਡੀ ਡੇ ਹੈ ਯਾਨੀ ਕਿ ਬਾਰਿਸ਼ ਵੀ ਦੱਸੀ ਉਹਨੇ ਟੈਂਪਰੇਚਰ ਜਾਸੀ 27-28 ਤਾਂ ਦੱਸਣੇ ਕਿ ਵੱਖਰੇ ਵੱਖਰੇ ਪਰ ਕੋਈ ਸ਼ਾਵਰ ਵੀ ਸੀ ਅੱਜ ਦਿਹਾੜਾ ਹੈ ਸੈਟਰਡੇ ਤਾਂ 13 ਤਾਰੀਖ ਹੈ ਅਪ੍ਰੈਲ ਨੇ ਖਾਣਾ ਨਹੀਂ ਮਰਜ਼ੀ ਤੁਹਾਡੀ ਖਾਣੀ ਹੈ ਪਾਣੀ ਲੈਣਾ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਵਾਲੇਕੁਮ ਵੀਵਰਸ ਕੀ ਹਾਲ ਹੈ ਤੁਸਾਂ ਠੀਕ ਠਾਕ ਹੋ ਉਮੀਦ ਕਰਨਾ ਹੈ ਕਿ ਠੀਕ ਠਾਕ ਹੋ ਸੋ ਤਾਂ ਅੱਲਾਹ ਪਾਕ ਨੇ ਸੋ ਇਮਾਨ ਜੋ ਸੋ ਮੈਂ ਵੀ ਠੀਕ ਠਾਕ ਹਾਂ ਜੀ ਅਲਹਮਦੁਲਿਲਾ ਖੈਰ ਖਰੀਅਤ ਨਾਲ ਹਾਂ ਠੀਕ ਠਾਕ ਹਾਂ ਈਦ ਸ਼ੀਦ ਗੁਜ਼ਾਰੀ ਹੋੜੀ ਅੱਜ ਜਨਾਬ ਦਿਹਾੜਾ ਆ ਸੈਟਰਡੇ ਤਾਰੀਖ ਹੈ ਅੱਜ 13 ਅਪ੍ਰੈਲ ਨੀ ਤਾਂ ਕਲੋਡੀ ਡੇ ਹੋ ਸੀ ਪੂਰੀ ਦਿਹਾੜ ਟੈਂਪਰੇਚਰ ਹੋ ਸੀ 27-28 ਤਾਂ ਥੋੜ੍ਹੀ ਜਿਹੀ ਦੇਰ ਪਹਿਲੇ ਬਾਰਿਸ਼ ਵੀ ਲੱਥੀ ਤਾਂ ਹੁਣ ਮੈਂ ਜਿਹੜਾ ਆ ਜੁਲਿਆ ਜ਼ਰਾ ਬਾਜ਼ਾਰ ਨਹੀਂ ਤੁਸੀਂ ਵਿਊ ਕਰਾਉਣਾ ਆ ਕਿਉਂਕਿ ਅੱਜ ਕੈਰਮ ਨਾ ਟੂਰਨਾਮੈਂਟ ਸ਼ੁਰੂ ਆ ਉੱਥੇ ਮਾੜਾ ਮੈਚ ਵੀ ਹੈ ਉਹ ਵੀ ਤੁਸੀਂ ਥੋੜ੍ਹਾ ਬਹੁਤਾ ਵਿਊ ਕਰਾ ਸਾਂ ਤੱਕਣੇ ਆ ਵੈਸੇ ਵੀ ਖੇਡਣ ਤਾਂ ਕੋਈ ਨਹੀਂ ਇੱਛਣਾ ਇਤਨਾ ਪਰ ਫਿਰ ਵੀ ਮਾੜਾ ਨਾਸ਼ਾ ਦਿੱਤਾ ਉਹਨੇ ਤਾਂ ਉਹ ਵੀ ਤੁਸੀਂ ਸ਼ੇਅਰ ਤੁਸਾਂ ਨਾਲ ਕਰਸਾਂ ਜਿਹੜਾ ਮਾੜਾ ਮੈਚ ਹੋ ਸੀ ਤਾਂ ਫਿਰ ਜੋ ਵੀ ਦਿਹਾੜੀ ਹੋਇਆ ਤੁਸਾਂ ਨਾਲ ਉਹ ਵੀ ਸ਼ੇਅਰ ਕਰਸਾਂ ਇਨਸ਼ਾਅੱਲਾ ਤਾਂ ਜਿਹੜਾ ਕੋਈ ਨਵਾਂ ਆਇਆ ਪਲੀਜ਼ ਸਬਸਕ੍ਰਾਈਬ ਵੀ ਕਰਿਆ ਮਿੱਕੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਤਾਂ ਅੱਛੋ ਜੁਲਾਂ ਪਹਿਲੇ ਬਾਜ਼ਾਰ ਤਾਂ ਫਿਰ ਅੱਗੇ ਜੋ ਕੁਝ ਹੋਇਆ ਤੁਸਾਂ ਨਾਲ ਸ਼ੇਅਰ ਕਰਸਾਂ ਇਨਸ਼ਾਅੱਲਾ ਤਾਂ ਮੋਟਰਸਾਈਕਲ ਤੋਂ ਤੁਸੀਂ ਅੰਦਾਜ਼ਾ ਲਾਈ ਸਕਦੇ ਹੋ ਕਿ ਬਾਰਿਸ਼ ਹੋਈ ਨਿੱਕੀਆਂ ਨਿੱਕੀਆਂ ਘੜੀਆਂ ਜਾਂ ਨਿੱਕੀਆਂ ਹੋਈਆਂ ਮੋਟਰਸਾਈਕਲ ਮਾੜਾ ਗੰਦਾ ਹੋ ਗਿਆ ਤੂੜ ਪਏ ਸੀ ਤਾਂ ਪਤਾ ਲੱਗਣਾ ਕਿ ਬਾਰਿਸ਼ ਅੱਛੀ ਅੱਜ ਦੱਸੀ ਨੇ ਇਹ ਕੋਈ ਯਾਦ ਨਹੀਂ ਰਹੀ ਅਤੇ ਮੈਂ ਖਾਲਾ ਨਾ ਪੁੱਤਰ ਹੈ ਤਾਂ ਇਹ ਲੱਗੇ ਹੋਏ ਤੋਤੇ ਨਾਲ ਇਹ ਮਨ ਆਪਣੇ ਆਇਆ ਈਸਾ ਤਾਂ ਬਾਰਿਸ਼ ਲਈ ਨਾ ਪੈਟਰ ਕੋਈ ਮੈਂ ਗਾਣਾ ਯਾਦ ਨਹੀਂ ਰਹਿਣ ਪਏ ਸ਼ਾਮ ਰਾਤ ਜਿਸੇ ਤੂੰ ਕਰ ਰਿਹਾ ਸਰ ਜੀ ਆਲਾ ਚੱਲ ਠੀਕ ਹੈ ਮੈਂ ਜਿਹੜਾ ਤੁਹਾਡਾ ਬਾਜ਼ਾਰ ਕਰੀ ਸਰ ਵੀਵਰਸ ਮੈਂ ਪੁੱਛੀ ਹਾਂ ਆਪਣੇ ਬਾਜ਼ਾਰ ਯਾਨੀ ਆਪਣੇ ਅੱਡੇ ਪਰ ਸ਼ੋਏਬ ਦੀ ਦੁਕਾਨ ਤਾਂ ਅੱਕ ਆਪਣੀ ਦੁਕਾਨ ਉੱਥੇ ਅੱਜ ਸਲਾਮ ਕਰੀ ਹਾਂ ਅਤੇ ਆਪਦਾ ਵੀਡੀਓ ਵੀ ਬਣਾਈ ਬਾਹਰ ਸੋਏਬ ਲੱਗਾ ਵਾ ਕਾਸਮ ਬੱਟੀ ਸਾਲੀ ਦੀ ਦੁਕਾਨ ਮਸੌਦਨਾ ਹੋਟਲ ਵਿੱਚ ਖੁੱਲ੍ਹਾ ਵਾ ਇੱਧਰ ਕੋਈ ਖੋਤੀ ਚੜ੍ਹਨੀ ਵੀ ਪਤਾ ਨਹੀਂ ਕਿਆ ਇਹ ਮਾੜੇ ਭਨੇਨਾ ਡੇਰਾ ਇੱਥੇ ਜੁੜਦੇ ਹਾਂ ਸਲਾਮ ਕਰਨੇ ਤੱਕਣੇ ਕੋਲ ਕੁਣ ਆਇਆ ਵਾ ਚਾਰ ਤੱਕ ਸਕਣੇ ਉਹ ਬਿਲਕੁਲ ਡੂੰਘੇ ਪਏ ਵੇ ਓਏ ਭੋਲੀ ਨਾ ਪੁੱਤਰ ਆਹ ਲਾ ਠੀਕ ਹੈ ਲਗਾ ਲਓ
ਸਾਹਿਬ ਕੀ ਹਾਲ ਹੈ? ਸਿਹਤ ਪਾਕ ਠੀਕ ਆ? ਉਹ ਚੁੱਲ੍ਹੇ ਕੋਲ ਉਸ ਆਵਾਜ਼ ਬਣੀ ਸੀ, ਖਾਲੀ ਮਿੱਟੀ ਹਾਲੇ ਮਾਰਨਾ ਖਬਰ ਲੱਗੀ ਜਾਓ ਵੀ ਬਣਾਓ ਸੋਹਣੀ ਕਰੀ ਤੇ ਚੁੱਲ੍ਹਾ ਨਹੀਂ ਨਹੀਂ ਬਣਾਓ ਚੁੱਲ੍ਹਾ ਬਣਵਾ ਸਾ ਪਿੱਛੋਂ ਮਾਰੋ ਲੱਗਾ। ਹੋਰ ਸੁਣਾਓ, ਅੱਲਾ ਦਾ ਸ਼ੁਕਰ ਦਾ ਦੁਆ। ਈਦ ਕਿਸ ਤਰ੍ਹਾਂ ਗੁਜ਼ਰੀ ਤੁਸਾਂ ਨੇ? ਬਹੁਤ ਚੰਗੀ ਈਦ ਗੁਜ਼ਰੀ ਜੀ। ਅੱਛਾ, ਹਾਂ ਤੁਸਾਂ ਕੀ ਡਬਲ ਡਬਲ ਮੁਬਾਰਕਾਂ ਜੀ। ਖੈਰ ਮੁਬਾਰਕਾਂ, ਸੋਹਣੀ ਮੁਬਾਰਕਾਂ ਸਰ। ਨਵੇਂ ਕਬੂਤਰ ਸਾਡੇ ਕੋਲ ਆਰਡਰ ਸਨ। ਕਬੂਤਰ ਆਰਡਰ ਨੇ ਉੱਪਰ ਬੈਠੇ ਜੀ, ਜੋੜਾ ਤਾਂ ਖੋਲੋ। ਹੈ ਇੱਕ ਜੋੜਾ, ਇੱਕ ਜੋੜਾ ਬੈਠਾ ਹੋਇਆ, ਇੱਕ ਬੈਠਾ ਹੋਇਆ, ਇੱਕ ਉੱਪਰ ਬੈਠਾ ਹੋਇਆ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਵਾਲੇ ਪਨੀਰ ਨਵੇਂ ਕਬੂਤਰਾਂ ਦੇ ਵਿੱਚ ਦੋ ਆ ਬੈਠੇ ਨੇ। ਠੀਕ ਆ, ਬੁਨ ਬੈਠਾ ਇੱਕ ਉੱਪਰ ਬੈਠਾ ਉਹਨੇ ਉੱਪਰ ਜੋੜਾ ਜੋੜਾ ਕਾਰੀ ਨਹੀਂ ਆਈ ਆ। ਇਹ ਤਾਂ ਜੇ ਥੱਲੇ ਹੀ ਆ ਤੇ ਨਾਲ ਜਿੱਦ ਤੁਸੀਂ ਇੱਥੇ ਉੱਪਰ ਨਹੀਂ ਜਾ ਪਾ। ਆਹ ਮਾਂ ਘਰ ਗਿਆ, ਚੂਚੇ ਨਿੱਕੇ ਨਿੱਕੇ ਉਹ ਨਹੀਂ ਕਾਬੂ ਚੰਨੇ। ਅੱਜ ਬਾਰਿਸ਼ ਆਈ ਗਈ ਉਹਨੇ ਕਿ ਵੀ ਚੱਕਣਾ ਆਪਣੇ ਚੜਾ ਨਾ 800 ਗੁਜ਼ਰਾਂ ਦੀ ਚੜਾ ਛੱਟੀ ਜਾਣੇ ਆਵਾਜ਼। ਠੀਕ ਰਾਜਾ ਜੀ, ਤੁਸੀਂ ਸੁਣਾਓ ਸਿਹਤ ਪਾਕ? ਸਮੋਸਾ ਖਾਣਾ ਹੈ ਨਾ ਤੇ ਸੁਣਾਣਾ ਅੱਜ ਵੀ ਕੀ ਆ ਕਾਜੀ ਜੀ? ਸਬਜ਼ੀ ਆਏਗੀ ਤਾਜ਼ੀ, ਨਾਲ ਕੜਛੀ ਜਿੱਥੇ ਨਾਲ ਸਬਜ਼ੀ ਤਾਜ਼ੀ ਨਾਲ ਸੁਣ ਲਈ ਆ ਮੌਸਮ ਬੜਾ ਪਿਆਰਾ ਆ, ਚਾਰ ਛੜ ਪਏ ਵੇ, ਗਰਮੀ ਕੋਈ ਨੀ ਨਾ ਛਾਲੀ ਮਾਰ ਪੈਸੇ ਲੱਗੀ। ਕੱਲ ਗਿਆ ਨਾ, ਕੱਲ ਮੁੜੀ ਤਾਂ ਜਾਣਾ, ਪਰਸੋਂ ਗਿਆ ਸਾ। ਅੱਜ ਅੱਜ ਸ਼ੇਰ ਵਾਲੀ ਫਿਲਮ ਇੱਕ ਲੱਗੀ ਵੀ ਪਰ ਅੱਜ ਡਾਊਨਲੋਡ ਨਹੀਂ ਹੋਈ। ਅਸਲਾਮ ਵਾਲੇਕਮ ਹਾਜੀ ਜੀ, ਕੀ ਹਾਲ ਆ? ਠੀਕ ਹੋ? ਸਿਹਤ ਬੇਤ ਠੀਕ ਹੈ? ਈਦ ਨੀ ਮੁਬਾਰਕ ਨੇ, ਖੈਰ ਮੁਬਾਰਕ, ਖੈਰ ਮੁਬਾਰਕ। ਅੱਜ ਪੁੱਛਿਆ ਕਿਆ ਰੋਜ਼ਿਆਂ ਤੂੰ? ਰੋਜ਼ਿਆਂ ਪੂਰੇ ਇੱਥੇ ਕੋਈ ਤੱਕਿਆ? ਅੱਜ ਤੱਕਿਆ ਤੁਸੀਂ ਕਿ ਰੋਜ਼ਿਆਂ ਤੋਂ ਬਾਅਦ? ਅੱਜ ਜਦੋਂ ਘਰੋਂ ਖਲਤੇ ਨੂੰ ਪੁੱਛਿਆ, ਅਮਜਦ ਦਿਸਣਾ ਕੋਈ ਨੀ, ਪਤਾ ਨਹੀਂ ਕਿੱਥੇ ਹੈ। ਅਮਜਦ ਕੀ ਹਾਲ ਹੈ? ਸਾਲਾ ਮੈਂ ਚਾਹੁਣ ਅੱਜ ਜਨਾਬ ਕਾਜ਼ੀ ਹੋਣਾ ਦਾ ਮੈਚ ਹੈ ਸੂਫੀ ਗੁਲਜ਼ਾਰ ਨਾਲ, ਚੋਰ ਮੋਮਿੰਟ ਨਾਚ, ਚੋਰ ਮੋਮਿੰਟ ਨਾਚ ਤੀਸਰਾ ਦਿਹਾੜਾ ਆ, ਸ਼ੁਰੂ ਹੈ, 11ਵਾਂ ਮੈਚ ਹੈ ਅੱਜ। ਹਾਂਜੀ, ਅਤੇ ਉਸਤਾਦ ਲਿਆਕਤ ਰਾਣਾ ਨੇ ਛੇ ਬਰਾਬਰ ਹੋ ਗਿਆ ਜੀ ਸਕੋਰ। ਪਹਿਲਾ ਵੱਡਾ ਮੁੱਲ ਹੀ ਜੁੱਤਿਆ ਛਿਆਉਣਾ, ਤੇ ਦੂਆ ਕਾਜ਼ੀ ਨਾਲ ਜੁੱਤਿਆ ਛਿਆਉਣਾ, ਆਪਣੀ ਆਪਣੀ ਸ਼ਾਟ ਦੋਵੇਂ ਜੁੱਤੀ ਗਈ। ਬੜਾ ਅੱਛਾ ਮੁਕਾਬਲਾ ਜਾਰੀ ਹੈ ਜੀ, ਮੌਸਮ ਵੀ ਸੋਹਣਾ ਠੰਡਾ, ਤੇ ਤਮਾਸ਼ਾ ਵੀ ਇੰਜੋਏ ਕਰਨੇ ਪਏ, ਤੇ ਦੋ ਰੈਫਰੀ ਹੈ,
ਇੱਕ ਪੀਰ ਸ਼ਹਿਜ਼ਾਦ ਆ ਤੇ ਇੱਕ ਪੱਟੀ ਯੂਸਫ ਆ। ਹਾਂਜੀ ਤ੍ਰੈ ਫੱਟੇ ਕੰਪਲੀਟ ਹੋਈ ਗਏ ਜੀ, ਤ੍ਰਿਆ ਫੱਟਾ ਵੀ ਕਾਜ਼ੀ ਆ ਜਿੱਤੀ ਗਏ। ਇੱਕ ਸਕੋਰ ਕਿੰਨਾ ਨੇ, 6-7 ਦਾ ਮੁਕਾਬਲਾ। ਅਵਾਮ ਮਛਲੀ ਜਾਣੀ ਵੀ ਤੇ ਅੱਛੀ ਗੇਮ ਚੱਲੀ ਰਹੀ ਹੈ, ਮੌਲਵੀ ਵੀ ਅੱਛਾ ਖੇਡ ਰਿਹਾ ਤੇ ਕਾਜ਼ੀ ਯਾਰ ਬਹੁਤ ਅੱਛੇ ਖੇਡ ਰਹੇ। ਕਹਿ ਤਬਸਰਾ ਜੀ ਮੈਚਾ ਪਰ ਚਲੋ ਜੀ ਸੱਤਾਂ ਨਾਲ ਫੱਟਾ ਕਾਜ਼ੀ ਫਿਰ ਮਾਰੇ ਗਏ ਜੀ, ਸਕੋਰ ਹੋ ਗਿਆ 14 ਤੇ ਗੁਲਜ਼ਾਰ ਨਾਲ 6। ਗੁਲਜ਼ਾਰ ਦੀਆਂ ਦਵਾਈਆਂ ਆ ਗਈਆਂ, ਦਵਾਈ ਖਾਈ ਤਾਂ ਵਾਪਸ ਫਿਰ ਮੈਚ ਸਟਾਰਟ ਹੋ। ਹਾਂਜੀ ਫੱਟਾ ਨੰਬਰ 5 ਹੋ ਗਿਆ ਕੰਪਲੀਟ ਕਾਜ਼ੀ ਨਾਲ, ਇਸਨੇ ਕਿੰਦੇ 6 ਨੰਬਰ ਤੇ ਕਾਜ਼ੀ ਨਾਲ ਸਕੋਰ ਹੋ ਗਿਆ 20 ਤੇ ਮੌਲਵੀ ਨਾਲ ਸਕੋਰ ਹੈ ਸਟਿਲ 6 ਤੇ ਤਮਾਸ਼ਾ ਹੀ ਵਧੀ ਗਏ ਜਨਾਬ। ਹਾਜੀ ਸਾਹਿਬ ਵੀ ਆਈ ਗਏ, ਇਨਸ਼ਾਅੱਲਾ ਅੱਜ ਅੱਜ ਇਹਨਾਂ ਨੂੰ ਮੈਚ ਹੋ ਸੀ, ਅੱਜ ਗੁਲਜ਼ਾਰ ਨਾਲ ਤੇ ਹੁਣ ਸ਼ਾਟ ਆਈ ਗਈ ਕਾਜ਼ੀ ਰਾਣੀ, ਫਿਰ ਅਪਡੇਟ ਦੇਣੇ ਆ ਫੱਟੇ ਐਂਡ ਪਰ ਤੁਸੀਂ। ਹਾਂਜੀ ਆਖਰੀ ਗਾਰਡ ਹੈ ਕਾਜ਼ੀ ਰਾਣੀ, ਇੱਕ ਗਾਰਡ ਰਹਿਣੇ ਜੀ, ਦੋ ਪਲੇਅਰਾਂ ਨੇ। ਇੱਕ ਨੰਬਰ ਮੌਲਵੀ ਗਿਣੀ ਗਿਆ ਜੀ, ਮੌਲਵੀ ਦਾ ਸਕੋਰ ਹੋ ਗਿਆ 7 ਤੱਕ ਕਾਜ਼ੀ ਰਾਣਾ। ਹਾਂਜੀ ਫੱਟਾ ਨੰਬਰ 7 ਕਾਜ਼ੀ ਰਾਣਾ ਸਕੋਰ ਕਿੰਨੇ 6, ਸਕੋਰ ਹੋ ਗਿਆ 26 ਤੇ 7। ਕਾਜ਼ੀ ਯਾਰ ਬੜੀ ਅੱਛੀ ਗੇਮ ਖੇਲੀ ਰਹੇ ਜੀ, ਤਕਣੇ ਵਾਲੇ ਬੰਦੇ ਕਮੈਂਟਸ ਵੀ ਕਰ ਸੋ ਤੇ ਅੱਜ ਸਪੈਸ਼ਲ ਹਰ ਬੰਦਾ ਲਾਈਕ ਕਰ ਸੋ, ਜਾਂ ਕਿ ਟੂਰਨਾਮੈਂਟ ਨਾਲ ਕਾਜ਼ੀ ਯਾਰ ਮੈਚ ਖੇਡੀ ਰਹੀ। ਠੀਕ ਸਾਹਿਬ ਕਿਹਦਾ ਜਾਈ ਰਿਹਾ ਮੈਚ? ਵੈਰੀ ਗੁੱਡ ਕੁੰਜੂ ਸੀ, ਬੈਸਟ ਖੇਡ ਸੀ, ਇਸੇ ਸਗਾ ਬਾਹਰ ਤੁਸੀਂ ਕਿਆ ਚਾਹੁੰਦੇ ਕੁੰਜੂ ਦੇ ਜਿਹੜਾ ਅੱਲਾ ਮਨਜ਼ੂਰ ਸੀ ਮਾਲਾ ਬਣਾ ਜ਼ਰੂਰ ਹੈ, ਹੁਣ ਹੁਣ ਮੈਂ ਕਾਜ਼ੀ ਨੇ ਸਾਫ ਕਰਨਾ ਸੁਫੀਰ ਮੂੰਹ ਬਣਾ ਕੇ ਦਸਣਾ, ਮੈਂ ਵੈਸੇ ਸੁਫੀਰ ਮੂੰਹ ਬੰਟਾ ਵਾ ਪਹਿਲੇ ਮੂੰਹ ਬੰਟਾ ਉਹਨਾਂ ਨਾਲ, ਵੈਸੇ ਤੁਸੀਂ ਕਿਆ ਮਰਜ਼ੀ ਹੈ ਆਪਣਾ ਭਲੇ ਜਿੱਦਾਂ ਕਸ਼ਮੀਰ ਨਾ ਹੀ ਅਸਾਂ ਪੁੱਛਣ ਵੈਸੇ ਮੱਟੇ ਹੀ ਬਣੀਆਂ ਗਰੀਬਾਂ ਨਾਲ ਸ਼ੁਰੂ ਤੋਂ ਕੋਈ ਨਹੀਂ ਰਿਹਾ, ਹੁਣ ਸਾਫ ਸੁਥਰੇ ਮੰਗਾਏ ਦੁਬਾਰਾ। ਵੈਲ ਪਲੇਅਰ ਜੀ, ਬਹੁਤ ਅੱਛਾ ਮੈਚ ਹੋਇਆ, ਕਾਜ਼ੀ ਵਿਨ ਕਰੀ ਗਏ ਦੋਵੇਂ ਆਪਣੇ ਪਲੇਅਰ ਸੇ।
ਹੁਣ ਨੈਕਸਟ ਮੈਚ ਆਉਣਾਗਾ ਜੀ ਭੱਟੀ ਯੂਸਫ ਰਾਣਾ ਤੇ ਭਾਈ ਮਸ਼ਤਾਕ ਰਾਣਾ। ਗੋਡਿਆਂ ਦੀ ਸਫਾਈ ਹੋ ਸੀ ਹੈ। ਆਡੀਅੰਸ ਬੈਠੇ ਵਿੱਚ ਨਾਮ ਸ਼ਫੀਕ ਸਾਹਿਬ ਬੜੀ ਗੇਮ ਮਾਵੇ ਯੂਸਫ ਭੱਟੀ ਨੂੰ ਇਹ ਵੀ ਤਕੜੀ ਆਹ ਮਾੜੇ ਸਪੋਰਟਰ ਬੜੇ ਮਾੜੇ ਨਾਲ ਸੀ ਬਾਲੇ ਦੇ ਮੋਹਤਰਮ ਤਾਂ ਸੁਣਾ ਮੈਚ ਦਿੱਤੀ ਗਿਆ। ਅਸਲਾਮ ਵਾਲੇਕਮ ਜੀ, ਨਾ ਇੱਧਰ ਆਇਆ ਨਾ ਇਹਦੀ ਨੇ ਮੁਬਾਰਕ ਨੇ ਫਿਰ ਅੱਜ ਅੱਜ ਸਾਡੀ ਦਾਵਤ ਜੀ ਮਾਮਾ ਮਸੌਦ ਨੇ ਘਰ ਕਿਉਂਕਿ ਮਾਈ ਸਿਸਟਰ ਐਂਡ ਮਾਈ ਬ੍ਰਦਰ ਲੋ ਆਏ ਵੇ ਦੀਨੇ ਥਰੂ ਥੈਂਕ ਯੂ ਮਾੜਾ ਮਸੇਰ ਆਇਆ ਵਾ ਮਾਮੂ ਅਸ ਸਾਰੇ ਨੇ ਅੱਜ ਫਿਰ ਦਾਵਤ ਕੀਤੀ ਵੀ ਈਦੀ ਨੀ ਜਨਾਬ ਬਿਲਕੁਲ ਅੱਜ ਮੈਂ ਕੈਰਮ ਨੂੰ ਮੈਚ ਵੀ ਜਿੱਤੀ ਆਇਆ ਮੁਬਾਰਕ ਖੈਰ ਮੁਬਾਰਕ ਖੈਰ ਮੁਬਾਰਕ ਬਿਸਮਿਲ੍ਲਾ ਥੈਂਕ ਯੂ ਦੇਦੇ ਗੋਸ਼ਤ ਵਾਲੇ ਚਾਵਲ ਸਲਾਦ ਪਿਆਜ਼ ਟਮਾਟਰ ਤਤਰਾਂ ਰੋਟੀ ਕਦਣ ਕਲੀਅਰ ਕਰੋ ਇਹ ਸਰਕਾਰ ਫੁਲਕੇ ਨਾ ਤੰਦੂਰ ਵਾਲੀ ਕੋਈ ਨਹੀਂ ਸੁਣ ਤੱਕਣਾ ਚਾਹੁੰਦੇ ਹੋ ਸਲਾਦ ਤਾਂ ਚਿਕਨ ਦੇਸੀ ਮੁਰਗਾ ਅਜੇ ਡਿਜ਼ਰਟ ਨਹੀਂ ਆਇਆ ਮਿੱਠਾ ਪਾਦੀ ਜੱਚ ਸੇ ਇਧਰ ਮਾਮੂ ਆ ਗਏ ਪਰ ਅਬੂ ਨਹੀਂ ਆਏ ਜੈ ਅਬੂ ਜਾਨ ਕਿਧਰ ਗਏ ਹੋ ਪਾਂਜੇ ਕੀ ਹਾਲ ਹੈ ਇਸ ਤਰ੍ਹਾਂ ਕਰਨਾ ਨਾ ਇਹ ਵੀ ਅਬੂ ਅੱਛੋ ਦੱਸਾਂ ਕਿ ਮਾਮੂ ਕਿਹੜੇ ਵੇਲੇ ਡਿੱਗਣੇ ਪਏ ਅੱਲਾ ਅੱਲਾ ਅੱਛੋ ਅੱਛੋ ਜੁੱਤੀ ਗਿਆ ਨਾ ਮੈਂ ਜੁੜ ਕੇ ਸੀ ਹਲਕੀ ਨੇ ਪਹਿਲਾਂ ਰੋਡ ਤੋਂ ਮੈਂ ਜੁੱਤੀ ਗਿਆ ਤਾ ਡਿਜ਼ਰਟ ਆ ਗਿਆ ਜੀ ਸਵਾਈਆਂ ਦੁੱਧ ਆਲੀਆਂ ਈਦੀ ਨੇ ਸਵਾਦ ਨਿੱਕੀ ਈਦੀ ਪਰ ਸੈਵੀਆਂ ਸਹੀ ਚੱਲੀਆਂ ਮਿੱਠੀ ਈਦ ਹੋਣੀ ਨਾ ਇਸਦੀ ਆਉਣੀ ਇਹ ਮਿੱਠੀ ਈਦ ਆ ਅਲਵੇ ਮੈਂ ਚੰਗਾ ਤਾਂ ਕਰਿਆ ਪਰ ਦਿੱਤਾ ਦਿੱਤਾ ਨਾ ਕੰਮ ਰਿਆਜ਼ ਆਇਆ ਸੀ ਨਾ ਦਿੱਤਾ ਵਿਊਅਰਸ ਖਾਈ ਪੀ ਤਾਂ ਮੁੜੀ ਆਇਆ ਤਾਂ ਬਾਰਿਸ਼ ਲੱਗੀ ਪਈ ਜ਼ੋਰ ਨਹੀਂ ਜ਼ਾਨ ਹੋਈ ਗਈ ਤਾਂ ਹੁਣ ਮਸਜਿਦ ਨਾ ਪੁੱਛ ਸਕਣਾ ਘਰ ਹੀ ਨਮਾਜ਼ ਪੜ੍ਹ ਸਾਂ ਤਾਂ ਬਾਰਿਸ਼ ਬੱਲੇ ਬੱਲੇ ਯਾਨੀ ਕਿ ਤੇਜ਼ ਹੋ ਜਾਣੀ ਸਰਦ ਸੀ ਕਿ ਸਲੀ ਵੀ ਅਸੀਂ ਕਣੀਆਂ ਜਿਹੀਆਂ ਲੱਗੀਆਂ ਵਾਂ ਹੁਣ ਮੈਂ ਜਾਸਾਂ ਜੀ ਲੱਸਾ ਮੋੜ ਹਾਂਜੀ ਮੋਹਤਰਮ ਕੀ ਹਾਲ ਹੈ ਠੀਕ ਹੋ ਸਿਹਤ ਠੀਕ ਹੈ ਲੱਸਾ ਮੋੜ ਛਤਰੋ ਮੋੜ ਵੀ ਆ ਸਕਦੇ ਹੋ ਸੀ ਜੇ ਤੁਸੀਂ ਸਿਆਖਾਂ ਨਾਲ ਸਾਡੀ ਲਿੰਕ ਰੋਡ ਕਿਰਨੀ ਛਤਰੋ ਵਾਲੀ ਸਿਆਖਾਂ ਵਾਲੀ ਰੋਡਾਂ ਨਾਲ ਉੱਥਾ ਚੁਲਿਆ ਲੱਸਾ ਹਾਂਜੀ ਬਸ ਅਸਾਂ ਪੁੱਛੇ ਹਾਂ ਗੱਲ ਹੈ ਲੱਸਾ ਛਤਰੋ ਮੋੜੈ ਪਰ ਇਹ ਮਾੜਾ ਭਾਂਡਾ ਚੁਲਿਆ ਅੱਜ ਵਾਪਸ ਅਮਨਦੀਪ ਸਾਹਿਬ ਦੀਨਾ ਅੱਛਾ ਛਤਰੋ ਛਤਰੋ ਅੱਛਾ ਫਿਰ ਕਿਉਂ ਜਾ ਰਹੇ ਹੋ ਦੀਨੇ ਵਾਪਸ ਇੱਧਰ ਨਾ ਜਾਓ ਨਾ ਅੱਜ ਰਹਿਣਾ ਨਹੀਂ ਹੈ ਇੱਧਰ ਕਿਉਂ ਇਹ ਮਾੜਾ ਮਸੇਰ
ਹਾਫਜ਼ ਨੂੰ ਪਿੱਛੇ ਤੇਰੇ ਮਾੜੇ ਬਿਨੋਈ ਹਾਫਜ਼ ਸਾਹਿਬ ਇਹ ਮਾੜੀ ਭਾਣਜੀ ਹੈ ਦੰਦਗੋੜੀ ਹੁਣ ਗੱਡੀ ਆਸੀ ਜੀ ਸਿਆਹਾਂ ਤੋਂ ਜਾਸੀ ਸਿੱਧੀ ਖਾਰੀਆਂ ਹਾਲੀ ਆਏਗੀ ਸ਼ੇਰਾਂ ਤੋਂ ਬਾਅਦ ਬਾਰਿਸ਼ਾਂ ਦੀ ਵਜ੍ਹਾ ਨਾਲ ਬਾਜ਼ਾਰ ਸੁਨਸਾਨ ਹੈ ਕੁਝ ਇਹਦੀ ਨਹੀਂ ਵਜ੍ਹਾ ਨਾਲ ਕੁਝ ਬਾਰਿਸ਼ਾਂ ਦੀ ਵਜ੍ਹਾ ਨਾਲ ਕੋਈ ਖਾਸ ਕਰ ਨਹੀਂ ਹੁੰਦਾ ਹਾਂਜੀ ਵੀਵਰ ਮਾੜੇ ਨਾਲ ਇੱਕ ਟ੍ਰੈਜਡੀ ਹੋਏਗੀ ਤਕੜੇ ਸਮੇਂ ਗੱਡੀ ਨਵੀਂ 'ਚ ਬੈਠਾ ਵਾਂ ਹੋਰ ਗੱਡੀ 'ਚ ਕਿਉਂਕਿ ਮਾੜੀ ਗੱਡੀ ਨਾਲ ਕਲੱਚ ਪੈ ਗਿਆ ਉਹ ਇੱਕ ਮਕੈਨਿਕ ਸੱਦਿਆ ਤਾਂ ਉਹ ਆਖਣਾ ਜਨਾਬ ਕਿ ਇਸ ਗੱਡੀ ਨਾਲ ਮਾਸਟਰ ਸਿਲੰਡਰ ਜਿਹੜਾ ਆਉਣਾ ਮਾਸ ਸਿਲੰਡਰ ਉਹ ਲੀਕ ਹੋਈ ਗਿਆ ਤਾਂ ਉਸ ਗੱਡੀ 'ਚ ਵਾਈ ਉਹੜੀ ਗੱਡੀ ਪਹੁੰਚੀ ਗਈ ਤਾਂ ਮੈਂ ਹੁਣ ਇੱਕ ਹੋਰ ਗੱਡੀ ਪਰ ਜੁਲਿਆ ਵਾਪਸ ਹੁਣ ਉੱਥੇ ਵਾਪਸ ਕਰ ਜੁਲਿਆ ਉਹਨਾਂ ਨੇ ਪਿੱਛਾ ਜੁਲਿਆ ਉਸਨੇ ਗੈਰਜਾ ਵਿੱਚ ਤੱਕਣੇ ਹੁਣ ਗੱਡੀ ਨਾਲ ਕਿਹਾ ਸੀ ਦੁਆ ਕਰਿਆ ਗੱਡੀ ਮਾੜੀ ਠੀਕ ਹੋ ਜਾਣੀ ਤਾਂ ਇਹ ਵਕਤ ਪਿਆ ਰਿਹਾ ਸੀ ਗੱਡੀ ਨਾਲ ਹੀ ਅੱਛਾ ਜੁਲਾਉਣ ਲੱਸਾ ਲੱਸਾ ਇੱਕ ਦੁਕਾਨ ਆ ਜਿਹੜੀ ਗੈਰਜ ਆ ਉੱਥੇ ਜੁਲਿਆ ਮੈਂ ਬਸ ਗੱਡੀ ਨਾਲ ਇਹ ਸਿਲੰਡਰ ਹੈ ਜਿਹੜਾ ਸਹੀ ਜਿਹੜੀ ਕਿੱਟ ਹੋਣੀ ਉਹ ਫਸੀ ਗਈ ਇਸਨੇ ਵਿੱਚ ਯਾਨੀ ਕਿ ਉਹ ਖਤਮ ਹੋ ਗਈ ਮਾਸਟਰ ਸਿਲੰਡਰ ਨਹੀਂ ਇਹ ਕਿਉਂਕਿ ਸਿਲੰਡਰ ਹੀ ਆਖਣੇ ਤਾਂ ਪਤਾ ਨਹੀਂ ਇਹ ਕਲੱਚ ਸਿਲੰਡਰ ਹੀ ਇਹ ਖਰਾਬ ਹੋ ਗਈ ਉਹਨਾਂ ਨਵੀਂ ਚਾਹੀਦੀ ਬੰਦਾ ਇੱਕ ਤਾਂ ਲੱਭੀ ਗਿਆ ਸੀ ਡਟਿਆਲ ਜ਼ਾਇਆ ਮੈਂ ਕਿਵੇਂ ਦੱਸਣਾ ਪਰ ਟਾਈਮ ਲਾ ਸੀ ਥੋੜ੍ਹਾ ਗੱਡੀ ਸਾਡੀ ਖੁੱਲ੍ਹੀ ਗਈ ਇੱਥੇ ਘਰੇ ਲੱਗਾ ਸੀ ਪਤਾ ਨਹੀਂ ਕਿੱਥੇ ਲਾਇਆ ਨੇ ਉਹ ਦਰ ਲੱਗਾ ਸੀ ਬੱਚਿਆਂ ਨੇ ਬਿਲਕੁਲ ਉੱਪਰ ਲੱਗਾ ਹੋਣਾ ਖਲਤਾ ਵਾ ਲੱਸਾ ਲੱਸਾ ਜਿਹੜਾ ਕਾਰ ਵਾਸ਼ ਹੈ ਉੱਥੇ ਬਿਲਕੁਲ ਸਾਹਮਣੇ ਸਾਡੀ ਚੌਧਰੀ ਬਰਾੜ ਚਾਚੂ ਬਰਾੜ ਨੂੰ ਦੁਕਾਨ ਹੈ ਬੈਠਾ ਪਤਾ ਨਹੀਂ ਕਿਵੇਂ ਇੱਕ ਕੰਮੇ ਲੈ ਬੰਦਾ ਕਿਸੇ ਦਾ ਵਰਕਰ ਹੈ ਗੋਦੀ ਨਾਲ ਭਾਈ ਆ ਸੀ ਨਿੱਕਾ ਅੰਦਰ ਚਾਚਾ ਭੂ ਸੀ ਇਹ ਦੁਕਾਨ ਦਾ ਨਾਂ ਜਾ ਮੋਬਲ ਆਇਲ ਸਰਵਿਸ ਇਹ ਜਣਾ ਇੱਥੇ ਕੰਮ ਕਰਨਾ ਨੇ ਜੀ ਇਹ ਨਿਸਾਰ ਸਰਵਿਸ ਕਰਵਾਉਣੀ ਤਾਂ ਜਲਦੀ 'ਚ ਹੈ ਕਿਉਂਕਿ ਅੱਜ ਬਿੱਲ ਆਇਆ ਇਹ ਦਿਨ ਵਜ੍ਹਾ ਛੁੱਟੀਆਂ ਤਾਂ ਬਿੱਲ ਆਇਆ ਕੱਲ੍ਹ ਤਾਂ ਫਿਰ ਬਿਜ਼ੀ ਹੋ ਗਿਆ ਸੀ ਕੱਲ੍ਹ ਛੁੱਟੀਆਂ ਖਤਮ ਹੋ ਗਿਆ ਸੀ ਫਿਰ ਜਣਾ ਬਿਜ਼ੀ ਹੋ ਗਿਆ ਸੀ ਦੁਕਾਨ ਸਮਾਨ ਸ਼ਲ ਪੂਰਾ ਰੱਖਿਆ ਬਸ ਬੜੀਆਂ ਚੀਜ਼ਾਂ ਨਹੀਂ ਲੱਭੀਆਂ ਇੱਥੋਂ ਕਿਉਂਕਿ ਇਹ ਲੋਕਲ ਗੈਰੇਜ ਹੈ ਨਿੱਕੀਆਂ ਮੋਟੀਆਂ ਚੀਜ਼ਾਂ ਆ ਰਹੀਆਂ ਬਰੇਕ ਪੈਡ ਸ਼ਾਦੀ ਉਹ ਚੀਜ਼ਾਂ ਲੱਭੀ ਜਾਂਦੀਆਂ ਬੜੀਆਂ ਚੀਜ਼ਾਂ ਕੋਲ ਨਹੀਂ ਹੈ ਉਹ ਡਟਿਆਲ ਤੋਂ ਮੰਗਾਈ ਕਿੰਨੇ ਕਦੀ ਗਲਤੀ ਨਹੀਂ ਸਕਿਆ ਟਾਈਮ ਵਾਸਤੇ 3:30 ਸੀ ਹੁਣ ਪਾਠ ਆਈ ਗਿਆ ਜੀ ਮਾੜਾ ਹੁਣ ਜਿਹੜਾ ਨਾਂ ਲਗਾ ਕੇ ਡੱਬਾ ਦੱਸਾਂ ਡੱਬਾ ਸਲੀਪਰ ਕੋਲ ਹੀ ਲਗਾ ਹੋਇਆ ਸੀ ਪੁੱਛਿਆ ਕਿ ਆਪਣਾ ਓਰੀਜਨਲ ਹੈ ਆਸਮਾਨ
ਹੋ ਸਭ ਕੁਝ ਕਰਨੇ ਹੋ ਕਿਆ ਕਰਨ ਲੱਗੇ ਉਸ ਚਾਲੀ ਇਹ ਜਿਹੜਾ ਏਅਰ ਫਿਲਟਰ ਹੋਣਾ ਨਾ ਏਅਰ ਫਿਲਟਰ ਉਹ ਸਾਫ਼ ਕਰਨਾ ਇਹ ਦੱਸ ਜਾਲੀ ਦੀ ਹਵਾ ਲੱਗ ਜਾਊਗੀ ਜਣਾ ਗੁਜਰ ਬਰਾਦਰੀ ਨਾਲ ਤਾਲਕ ਰੱਖਣਾ ਜੀ ਤਾਂ ਇਹ ਗੱਡੀਆਂ ਇਸ ਲਾਈਨ ਕੋਲ ਕਿਤਨੀਆਂ ਗੱਡੀਆਂ ਤੁਸਾਂ ਕੋਲ ਦੋ ਗੱਡੀਆਂ ਟਰੈਕਟਰ ਸ਼ੈਕਟਰ ਸਭ ਤੱਕ ਟਰਾਲੀਆਂ ਸ਼ਾਲੀਆਂ ਫਲਤੀਆਂ ਵਾ ਲੋਡਰ ਕਿਹੜੇ ਜਾਣੇ ਕਿੱਦਾਂ ਵਾ ਉਹ ਦੂਆ ਲੋਡਰ ਇਸ ਕੇ ਆਖਣੇ ਨਾ ਉਹ ਜਿਹੜਾ ਰੇਤ ਸੇਤ ਚਾਣੇ ਡੈਮ ਵਿੱਚੋਂ ਸ਼ਾਜ਼ੋਰ ਕਿਹੜੇ ਸਾਲੇ ਨਹੀਂ ਆ 2006 ਨਹੀਂ ਗੱਡੀ ਹੈ ਕਿਆ ਵੈਲਿਊ ਇਸ ਨਹੀਂ ਅੱਜ ਕੱਲ੍ਹ ਇਤਰੀਆਂ ਨੇ ਗੇੜਾ ਵੀਜਾ ਜੀ ਸਾਫ਼ ਸੁਥਰੀ ਆ ਅੱਜ ਜਣੇ ਖੜੇ ਉਸੇ ਦਾਂਦ ਲੀਕਰ ਦਾਂਦ ਖੁਰਦ ਪੀਰਾਂ ਅੱਜ ਮੁਕਾਬਲਾ ਹੋਇਆ ਦਾਂਦਾਂ ਦੀ ਦੌੜ ਸੀ ਤੇ ਇਹ ਅੱਜ ਜਣਾ ਉੱਥੇ ਗਿਆ ਸੀ ਗੁਲਾਮ ਮੁਹੀਉਦੀਨ ਸਾਡੀ ਗੱਡੀ ਨਾਲ ਬਣਨਾ ਪਿਆ ਠੀਕ ਆ ਗੁਲਾਮ ਮੁਹੀਉਦੀਨ ਫਿਰ ਅੱਲਾ ਨੇ ਵਾਲਾ ਇਹ ਫਿਲਮ ਤਕੜੀ ਹੋਵੇ ਤਾਂ ਕੱਲ੍ਹ ਆਈ ਜਾ ਸੀ ਇਹ ਕੱਲ ਕਾਜ਼ੀ ਜੀ ਛਤਰੋ ਰਿਸਰਚ ਕਰਿਆ ਯੂਟਿਊਬ ਪਰ ਕਾਜ਼ੀ ਜੀ ਛਤਰੋ ਉਸਤਾਦ ਇਧਰ ਲੱਗੇ ਹੋਏ ਹੁਣ ਆਵਾ ਸ਼ਾਵਾ ਕੱਢ ਸੰਸਥਾ ਫਿਰ ਪੰਪ ਹੋਈ ਜਾ ਸੀ ਕਲਾ ਛੱਪਰ ਆਈ ਜਾ ਸੀ ਸੰਗੀਆਂ ਥੱਕਣਾ ਨੇ ਕਲਚ ਮਾਰਨੇ ਆ ਥੱਕੀ ਜਾਈ ਲੱਤ ਹੈ ਬ੍ਰੇਕ ਬਣਾਉਣੀ ਕਲਚ ਬਣਾਉਣਾ ਬੜਾ ਔਖਾ ਕੰਮ ਹੈ ਦੋਵਾਂ ਚ ਉਸਤਾਦ ਜਸਟ ਕਰਨੇ ਪਏ ਮਤਲਬ ਤੇਲ ਕੱਢਣੇ ਨਹੀਂ ਆਵਾ ਮੈਚ ਲਗਾਓ ਜੀ ਹੁਣ ਫਿਰ ਮਾਨੀ ਸਾਹਿਬ ਆਏ ਡੰਡਿਆਲ ਤੋਂ ਸਾਡੇ ਅਜੀ ਸਾਹਿਬ ਨੂੰ ਆਪਣਾ ਸਾਹਿਬ 3-0 ਨਾਲ ਮੁਕਾਬਲਾ 3 ਫੱਟੇ ਹੋਈ ਗਏ ਪਤਾ ਨਹੀਂ ਲਿਖਿਆ ਹੋਇਆ ਕੋਈ ਸਕੋਰ ਵੀ ਕੋਈ ਪਤਾ ਠੀਕ ਹੈ ਕਲ ਮੇਰੇ ਸ਼ਾਟ ਕਵਰ ਕਰ ਦਿਆ ਮੇਰਾ ਜੀ ਨਹੀਂ ਪਿਆ ਨੇ ਮੁਸ਼ਤਾਕ ਮੁਸ਼ਤਾਕ ਤੇ ਸ਼ਬੀਰ ਜਿੰਦਾਬਾਦ ਘਰ ਵੀ ਮੈਚ ਪਈ ਗਏ ਫਿਰ ਕਰ
ਪੂਰੀ ਡਿਟੇਲ ਦੱਸਿਆ ਜੀ, ਕੁਛ ਨਾ ਕੁਛ ਨਾ ਮੈਚ ਪਿਆ ਆਪੂ ਕੱਢਿਆ ਪੂਰਾ, ਠੀਕ ਹੈ ਸਗੀਰ ਮਾਨੀ ਭੱਟ ਮਾਨੀ ਭੱਟ ਆਸਮ ਤੇ ਕੁਬੀ ਆਸਮ ਤੇ ਕੁਬੀ ਨਾ ਗਿਆ ਮੌਲਵੀ ਪੁਰਮ ਤੇ ਦੋ ਮੌਲਵੀ ਪੁਰਮ ਤੇ ਦੋ ਨਮਾਜ਼ ਪੜ੍ਹੀ ਜਾਂਦਾ ਬਾਕੀ ਨਾਲ ਰਿਜ਼ਲਟ ਮੈਂ ਸਹੀ ਬਾਤ ਫਿਲਹਾਲ ਮੌਲਾਨਾ ਸਾਹਿਬ ਤੁਸਾਂ ਦਾ ਮੈਚ ਪਸੰਦ ਪਿਆ ਦਾਊਦ ਨਾਲ, ਠੀਕ ਹੈ ਤੁਸਾਂ ਦਾ ਮੈਚ ਪਸੰਦ ਪਿਆ ਬਟਨ ਕੂਬੀ ਨਾਲ, ਤਾਂ ਦੂਆ ਪਲੇਅਰ ਵੀ ਚੰਗਾ ਤੁਸੀਂ ਲੱਭਾ ਤੁਸਾਂ ਦਾ ਪਸੰਦ ਪਿਆ ਤਾਰਕ ਨਾਲ ਕੂਬੀ ਮਾਵਾਂ ਮੁਸ਼ਤਾਕ ਵਿਨ ਹੋ ਗਏ ਤਾਂ ਮਾਵਾਂ ਸ਼ਬੀਰ ਹਾਰੀ ਗਏ ਪਲੇਅਰ ਸਟਿਲ ਲੱਗੇ ਹੋਏ ਪ੍ਰੈਕਟਿਸ ਕਰਨੇ ਪਏ ਦੇਸੀ ਗੱਡੀ ਕੀ ਨਹੀਂ
ਇਹ ਸਿਰੇ ਨਾਲ ਮਾੜਾ ਮੈਚ ਆ ਜੀ ਇਹ ਵਾਲੇ ਸਿਰੇ ਨਾਲ ਪਰ ਕਰੇ ਥੋੜਾ ਜਿਹਾ ਨਿੱਕਾ ਬਰੋਟਾ ਬਰੋਟੀ ਆ ਬਰੋਟੀ ਆ ਮਾਸ਼ਾਅੱਲਾ ਤੇ ਕੁਦਰ ਫੇਰਨੇ ਪਿਓ ਨੇ ਰੋਲਾ ਕਰੀ ਰਿਹਾ ਹੈ ਪੱਟੀ ਉੜੇ ਸਾਰਾ ਛੰਡ ਸਾਰਾ ਕੁਝ ਚੱਲ ਅੰਦਰ ਲਗਾ ਜੋ ਲਗਾ ਜੋ ਵਾਂਗ ਨਾ ਦਿਆ ਛੁਰੀ ਪੈ ਜਾ ਸੀ ਆ ਚੱਲ ਚੱਲ ਸ਼ਾਬਾਸ਼ ਪਿੰਡੇ ਬੋਲੇ ਬੋਲੇ ਬਹਿ ਸਨ ਹੁਣ ਤਾਂ ਫਿਰ ਅਜ਼ਾਨ ਹੋ ਸੀ ਫਿਰ ਨਮਾਜ਼ ਪੜ੍ਹ ਸਾਂ ਜੀ ਨਮਾਜ਼ ਟਾਈਮ ਬਸ ਮੇਰੇ ਲਈ ਵੈਲ ਤਾਂ ਨਿਊ ਅਪਡੇਟ ਹੈ ਜੀ ਕਿ ਬਾਰਿਸ਼ ਅੱਜ ਦਿਹਾੜੀ ਨਿੱਕੀ ਨਿੱਕੀ ਲੱਗੀ ਰਹੀ ਦਿਹਾੜੀ ਤਾਂ ਨਹੀਂ ਬਲਕਿ ਸ਼ਾਮੀ ਹੋਈ ਜ਼ੋਰ ਤੋਂ ਬਾਅਦ ਤਾਂ ਟੈਂਪਰੇਚਰ ਹੁਣ ਥੱਲਾ ਲਗਾਇਆ 21-22 ਪਰ ਆਈ ਗਿਆ ਹੁਣ ਦਿਹਾੜੀ 26-27 ਪਰ ਗਿਆ ਸੀ ਤਾਂ ਕੱਲ੍ਹ ਵੀ ਕੋਈ ਅਕਸ ਚੱਕਰ ਹੈ ਬਾਰਿਸ਼ ਆ ਰਸ਼ ਸੀ 24-25 ਦਾ ਸਨੇਹ ਟੈਂਪਰੇਚਰ ਰਿਹਾ ਸੀ ਅਜ਼ਾਨ ਹੋਣੀ ਗਈ ਜੀ ਬਾਕੀ ਕੁਝ ਏਰੀਆ 'ਚ ਹੋਣੀਆਂ ਪਈਆਂ ਕਿਆ ਚੀਜ਼ ਗਈ ਕੋਈ ਬਿੱਲੀ ਗਈ ਹੈ ਕੁੱਤਾ ਗਿਆ ਵਾਲਾ ਆਲੀ ਗਵਾ ਸਹਾਬੀ ਯਾ ਰਹਿਮਤਲ ਆਲਮੀਨ ਸ਼ਾਮੀ ਤੇ ਨਮਾਜ਼ ਪੜ੍ਹਨਾ ਪਿਆ ਮਾੜਮ ਸ਼ੇਰ ਤਾਂ ਨੂੰ ਉਹਨੇ ਪਹਿਲੀ ਨਮਾਜ਼ ਦਿੱਤੀ ਵਿਊਅਰਸ ਅੱਜ ਨਾ ਡਿਨਰ ਵਿਦ ਗੋਸ਼ਤ ਆਲੂ ਸਲਾਦ ਵਿੱਚ ਸੇਬ ਤੱਤਰ ਇੱਧਰ ਸੇਰ ਖਾਣਾ ਪਿਆ ਇੱਧਰ ਮਾੜਾ ਅੱਬਾ ਖਾਣੇ ਪਏ ਰੋਟੀ ਵਿੱਚ ਫੁਲਕੇ ਨੇ ਕਿ ਮੈਂ ਰੋਜ਼ ਗੋਸ਼ਤ ਖਾਣਾ ਹੈ ਅਲਹਮਦੁਲਿਲਾ ਮੈਂ ਜਦੋਂ ਪਾਕਿਸਤਾਨ ਆਇਆ ਪਾਕਿਸਤਾਨੀ ਗੋਸ਼ਤ ਖਾਣਾ ਹੈ ਤਾਂ ਇੰਗਲੈਂਡ ਲਾਮ ਹੋਣਾ ਯਾਨੀ ਕਿ ਭੈਡਾਂ ਦਾ ਗੋਸ਼ਤ ਹੋਣਾ ਪਰ ਮੈਂ ਖਾਣਾ ਗੋਸ਼ਤ ਹੀ ਹਾਂ ਮੁਰਗਾ ਵੀ ਮੈਂ ਛੋੜ ਦਿੱਤਾ ਬਿਲਕੁਲ ਹੀ ਤਾਂ ਬਾਕੀ ਸਬਜ਼ੀਆਂ ਸਬਜ਼ੀਆਂ ਵੈਣ ਤਾਂ ਮੈਂ ਨਾਲ ਖਾਈ ਹੁੰਦੇ ਹਾਂ ਥੋੜ੍ਹਾ ਬਹੁਤਾ ਪਰ ਮੈਂ ਜ਼ਿਆਦਾਤਰ ਗੋਸ਼ਤ ਹੀ ਖਾਣਾ ਆ ਥੱਕੀ ਸਕਦੇ ਹਾਂਜੀ ਵਿਊਅਰਸ ਅੱਜ ਨਾ ਵਲੋਗ ਵਿੱਚ ਤੁਸੀਂ ਤੱਕਿਆ ਹੋ ਸੀ ਤਾਂ ਮੈਂ ਉਮੀਦ ਕਰਨਾ ਕਿ ਤੁਸੀਂ ਚੰਗਾ ਲਗਾ ਸੀ ਅਗਰ ਚੰਗਾ ਲੱਗਾ ਰਹੇ ਤਾਂ ਪਲੀਜ਼ ਲਾਈਕ ਸ਼ੇਅਰ ਕਰਿਆ ਹੈ ਤਾਂ ਨਾਲ ਸਬਸਕ੍ਰਾਈਬ ਵੀ ਜਿਹੜਾ ਕੋਈ ਨਵਾਂ ਆਇਆ ਕਰਿਆ ਤਾਂ ਮੈਂ ਡਿਨਰ ਕਰੀ ਰਿਹਾ ਜੀ ਰੋਟੀ ਛੋਟੀ ਖਾ ਰਿਹਾ ਆ ਸੇਬ ਖਾਣਾ ਪਿਆ ਆਖਰੀ ਆਖਰੀ ਜਿਹੜੀਆਂ ਦੋ ਡੱਡੀਆਂ ਬਚੀਆਂ ਵਿੱਚ ਇਹ ਮੈਂ ਮੁਕਾਈ ਹੋਣਾ ਤਾਂ ਹੁਣ ਅੱਜ ਨਾ ਵਲੋਗ ਮੈਂ ਤਾਂ ਖਤਮ ਕਰਨਾ ਆ ਕਿਉਂਕਿ ਕੱਲ੍ਹ ਸਵੇਰਾ ਮਿਲ ਸਨ ਸੋ ਕਿ ਇੱਕ ਨਵੇਂ ਵਲੋਗ ਨਾਲ ਕੱਲ੍ਹ ਇੱਕ ਈਦ ਮਿਲਨ ਪਾਰਟੀ ਹੈ ਭਾਪੇ ਦਿਲਨਵਾਜ਼ ਨੇ ਘਰ ਬੜੀ ਪਾਰਟੀ ਹੈ ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰਸਾਂ ਇਨਸ਼ਾਅੱਲਾ ਜ਼ਰੂਰ ਤਾਂ ਜਿਹੜਾ ਕੁਝ ਦਿਹਾੜੀ ਨਾ ਮਤਲਬ ਰੂਟੀਨ ਹੋਈ ਉਹ ਤੁਸੀਂ ਦੱਸਾਂ ਇਨਸ਼ਾਅੱਲਾ ਤਾਂ ਹੁਣ ਵੀ ਕੀ ਦਿਓ ਇਜਾਜ਼ਤ ਕਿਉਂਕਿ ਨਮਾਜ਼ ਨਾਲ ਟਾਈਮ ਆਉਣਾ ਪਿਆ ਇਸ਼ਾ ਨਾ ਇਸ਼ਾ ਪੜਸਾਂ ਤਾਂ ਫਿਰ ਸਹਿਸਾਂ ਦੁਆਵਾਂ 'ਚ ਵੀ ਕਿ ਯਾਦ ਰੱਖਿਆ ਤਾਂ ਆਪਣਾ ਬਹੁਤ ਬਹੁਤ ਖਿਆਲ ਰੱਖਿਆ ਅੱਲਾ ਸੋਹਣੇ ਵਾਲਾ ਹੈ ਖੁਦਾ ਹਾਫਿਜ਼।